का खालसा वाहिगुरु जी की फतेह। दास्ताने सर देखो ये जेडी फिल्म दास्ताने सरहंद 2 दिसंबर नू रिलीज होने जा रही है जी। असी जिवे पिछलियां कार्टून फिल्मां दा लगातार विरोध करते रहे हैं उस लड़ी के तहत इहदा भी डटवां विरोध करते हैं। अच्छा तुसीं इह देखो भी जथेबंदियां वल्लों विरोध तां कीता जांदा है, ईवन के श्रोमणी कमेटी कदे हाँ कदे ना कर देंदी है, क्योंकि जदों असीं गल्लबात देखते हैं इंटरव्यू देखते हैं गुरप्रीत घुग्गी जी जो कि इस फिल्म के अदाकार भी ने उस वालों कहा गया कि श्रोमणी कमेटी तो हर स्टैप के उत्ते मंजूरी लेगी। हुण पता नहीं है भी असल सच्चाई की है। तुहाडी जथेबंदी ते होर कुछ जथेबंदियां भी विरोध दर्ज जरूर करवांदियां ने, पर उन्हां कोल कोई अल्टरनेट है भी हाँ इसका बदल यह है? जिहड़े फिल्म के डायरेक्टर ने जी उस वीर का टैलीफोन आया, साढ़े एक वीर पंजाब दे विच काफ़ी काम कर रहे हैं अजकल मलकीत सिंह होरां नूं जी, उन्होंने जिहड़ी गलबात हुई उहदे विच उन्होंने दलील यह दित्ती कि तुसीं पहलां ऐ करो ਘਰਾਂ ਵਿੱਚੋਂ ਜਾ ਕੇ ਲੋਕਾਂ ਦੇ ਗੁਰੂਆਂ ਦੀਆਂ ਫੋਟੋਆਂ ਚੁਕਾ ਦਿਓ ਫਿਰ ਅਸੀਂ ਫਿਲਮ ਵਾਪਸ ਲੈ ਲਾਂਗੇ। ਤੁਸੀਂ ਮੰਨਦੇ ਹੋ ਵੀ ਜਿਹੜਾ ਉਹਨਾਂ ਨੇ ਇਹ ਤੁਹਾਨੂੰ ਦੱਸਿਆ ਹੈਗਾ ਵੀ ਇਹ ਜੋ ਉਹਨਾਂ ਨੇ ਵੈਲਿਡ ਰੀਜ਼ਨ ਦਿੱਤਾ ਹੈਗਾ ਵੀ ਤੁਹਾਡੇ ਕੋਲ ਉਹਦਾ ਕੋਈ ਬਦਲ ਹੈ ਕਿ ਜਦੋਂ ਉਹ ਕਹਿ ਰਹੇ ਆ ਵੀ ਫੋਟੋਆਂ ਤੁਸੀਂ ਨਹੀਂ ਚੁਕਾ ਸਕਦੇ, ਹੈ ਸਮੇਂ ਸਮੇਂ 'ਤੇ ਜੇ ਮੂਵੀਆਂ ਆਉਂਦੀਆਂ ਨੇ ਸ਼੍ਰੋਮਣੀ ਕਮੇਟੀ ਕਦੇ ਹਾਂ ਕਦੇ ਨਾ ਕਰ ਦਿੰਦੀ ਹੈ, ਹੈ ਨਾ, ਤੁਸੀਂ ਇਸ ਦੇ ਉੱਤੇ ਪੰਥ ਅੱਜ ਤੱਕ ਸਪਸ਼ਟ ਫੈਸਲਾ ਨਹੀਂ ਲੈ ਸਕਿਆ। ਫਿਰ ਜਦੋਂ ਤੁਸੀਂ ਕੋਈ ਕਰੋੜਾਂ ਦਾ ਬਜਟ ਲਗਾ ਕੇ ਮੂਵੀ ਤਿਆਰ ਕਰਦਾ ਤੇ ਅਸੀਂ ਮਿੰਟ 1 ਦੇ ਵਿੱਚ ਵਿਰੋਧ ਕਰ ਦਿੰਨੇ ਆ। ਪੱਕਾ ਹੱਲ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਤੇ ਸਖਤ ਸਟੈਂਡ ਲੈਣ ਕਿ ਸਿੱਖ ਸਿਧਾਂਤ ਦੇ ਅਨੁਸਾਰ ਗੁਰੂ ਸਾਹਿਬਾਨ ਜਾਂ ਗੁਰੂ ਸਾਹਿਬਾਨ ਦੇ ਪਰਿਵਾਰ ਜਾਂ ਸਾਡੇ ਜਿਹੜੇ ਮਹਾਨ ਸ਼ਹੀਦ ਸਿੰਘ ਹੋਏ ਨੇ ਗੁਰੂ ਸਾਹਿਬ ਵੇਲੇ ਦੇ ਅਹਿਮ ਸਿੱਖ ਹੋਏ ਨੇ ਉਹਨਾਂ ਦਾ ਉਹਨਾਂ ਦੀ ਜਿਹੜੀ ਪੇਸ਼ਕਾਰੀ ਹੈ ਕਾਰਟੂਨ ਦੇ ਰੂਪ ਵਿੱਚ ਜਾਂ ਸਿੱਧੇ ਰੂਪ ਵਿੱਚ ਨਹੀਂ ਹੋ ਸਕਦੀ। ਕੀ ਕਿਸੇ ਚਿੱਤਰਕਾਰ ਦੇ ਵਿੱਚ ਕਿਸੇ ਆਰਟਿਸਟ ਦੇ ਵਿੱਚ ਇਹ ਹਿੰਮਤ ਹੈਗੀ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਚਿੱਤਰ ਬਣਾ ਕੇ ਦਿਖਾ ਦੇਣ ਨਾ? ਫਿਰ ਇਸ ਗੱਲੋਂ ਤਾਂ ਮੁਸਲਿਮ ਕੌਮ ਨੂੰ ਸਲਿਊਟ ਕਰਨਾ ਬਣਦਾ ਕਿ ਉਹ ਫਿਰ ਕੀ ਹਸਰ ਕਰਨਗੇ ਉਹਨਾਂ ਦਾ। ਜੇ ਅਸੀਂ ਇਹਨਾਂ ਫਿਲਮਾਂ ਨੂੰ ਨਾ ਰੋਕ ਸਕੇ ਵੀਰ ਹਰਪਾਲ ਸਿੰਘ ਜੀ ਇਹ ਗੱਲ ਯਾਦ ਰੱਖਣ ਸਾਰੇ ਸਿੱਖ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੇ ਆਦਮੀ ਫਿਰ ਰੋਲ ਕਰਿਆ ਕਰਨਗੇ। ਹਜ਼ਰਤ ਮੁਹੰਮਦ ਸਾਹਿਬ ਕਿਹਾ ਕਦੇ ਸੁੱਧ ਤਸਵੀਰ ਨਹੀਂ ਬਣਦੀ, ਕਿਸੇ ਦੇਵਤੇ ਦਾ ਨਾਮ ਲਓ ਤਸਵੀਰ ਬਣਦੀ ਹੈ। ਤਾਂ ਮੁਸਲਿਮ ਕਮਿਊਨਿਟੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਹੋਇਆ ਕਿ ਜੇ ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਆ ਪਵਿੱਤਰ ਕੁਰਾਨ ਦੇ ਵਿੱਚੋਂ ਹੋਣਗੇ, ਸਾਨੂੰ ਇਸ ਗੱਲ ਦੇ ਉੱਤੇ ਆਉਣਾ ਚਾਹੀਦਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੋਣਗੇ। ਅੱਛਾ ਇੱਕ ਇਹ ਦੱਸੋ, ਹੁਣ ਤੁਸੀਂ ਫਿਲਮ ਦਾ ਵਿਰੋਧ ਕਰੋਗੇ, ਫਿਲਮ ਤਾਂ ਬਣ ਚੁੱਕੀ ਹੈ, ਜਿਹੜੇ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰ ਨੇ ਕਰੋੜਾਂ ਰੁਪਇਆ ਲਾਇਆ ਜੀ, ਉਹਦੀ ਭਰਪਾਈ ਕੌਣ ਕਰੂਗਾ? ਸਾਨੂੰ ਇਹ ਬਿਲਕੁਲ ਫਿਕਰ ਨਹੀਂ ਹੈ ਉਹਨਾਂ ਨੇ ਕਰੋੜਾਂ ਰੁਪਈਏ ਲਾਏ, ਉਹਨਾਂ ਨੇ ਤਾਂ ਕਰੋੜਾਂ ਰੁਪਈਆ ਲਾ ਕੇ ਸਿੱਖੀ ਦੇ ਉੱਤੇ ਹਮਲਾ ਕੀਤਾ। ਮਿਸ਼ਨਰੀ ਕਾਲਜਾਂ ਵਾਲੇ ਮੇਰੇ ਵੀਰ ਕਿਉਂ ਚੁੱਪ ਨੇ? ਕਿਹੜੀ ਮਜਬੂਰੀ ਹੈ ਕਿ ਉਹ ਸਤਿਕਾਰਤ ਸੰਸਥਾ ਦਮਦਮੀ ਟਕਸਾਲ ਜਿਹਦੇ ਇਤਿਹਾਸ ਦੇ ਉੱਤੇ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਮਾਣ ਕਰਦੇ ਆ, ਉਹ ਕਿਉਂ ਚੁੱਪ ਨੇ? ਅਖੰਡ ਕੀਰਤਨੀ ਜਥਾ ਉਹਨਾਂ ਦੇ ਸਨਮਾਨਯੋਗ ਬੰਦੇ ਹੋਣ, ਹੁਣ ਸਿਰਫ ਇਹ ਦੇਖ ਰਹੇ ਹੋ ਕਿ ਇਹ ਵਿਰੋਧ ਹਰਜਿੰਦਰ ਸਿੰਘ ਮਾਝੀ ਕਰ ਰਿਹਾ, ਮੇਰਾ ਕੋਈ ਨਿੱਜੀ ਵਿਰੋਧ ਹੈ, ਮੇਰਾ ਕੋਈ ਨਿੱਜੀ ਮਸਲਾ ਹੈ? ਮੈਂ ਤਾਂ ਉਹ ਫਿਲਮ ਵਾਲੇ ਬੰਦਿਆਂ ਨੂੰ ਵਿਚਾਰਿਆਂ ਨੂੰ ਜਾਣਦਾ ਵੀ ਨਹੀਂ ਵੀ ਮੈਂ ਅੱਜ ਪੱਗ ਕਾਲੀ ਬੰਨ ਕੇ ਬੈਠਾ, ਦੂਜੇ ਇਸ ਕਰਕੇ ਚੁੱਪ ਨੇ ਚਿੱਟੀਆਂ ਪੱਗਾਂ ਵਾਲੇ। ਮੈਂ ਬੇਨਤੀ ਕਰਦਾ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਤੇ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ, ਇਸ ਮਸਲੇ ਤੇ ਤੁਹਾਨੂੰ ਇਕੱਠੇ ਨਹੀਂ ਹੋਣਾ ਚਾਹੀਦਾ। ਦੋਨਾਂ ਦੀ ਕਿਸੇ ਦੀ ਸਟੇਟਮੈਂਟ ਨਹੀਂ ਆਈ। ਧੁੰਮਾ ਜੀ ਵੀ ਚੁੱਪ ਬੈਠੇ ਹੈ, ਢੱਡਰੀ ਵਾਲਾ ਜੀ ਚੁੱਪ ਬੈਠੀ ਹੈ, ਉਹ ਕਹਿੰਦੇ ਅਸੀਂ ਅਪਗ੍ਰੇਡ ਹਾਂ, ਉਹ ਕਹਿੰਦੇ ਅਸੀਂ ਗੁਰੂ ਦੇ ਖਾਸ ਬੰਦੇ ਹਾਂ, ਤੇ ਫਿਰ ਇੱਕ ਚੁੱਪ ਇੱਥੇ ਬੋਲੂਗਾ ਕੌਣ ਜੀ? ਜਾਂ ਭਾਈ ਅਮਰੀਕ ਸਿੰਘ ਅਜਨਾਲਾ, ਮੈਂ ਨਾਮ ਲੈ ਕੇ ਗੱਲ ਕਰਦਾ, ਕੀ ਉਹਨਾਂ ਦੀ ਸਹਿਮਤੀ ਹੈ ਇਸ ਫਿਲਮ ਦੇ ਨਾਲ? ਭਾਈ ਰਣਜੀਤ ਸਿੰਘ ਢੱਡਰੀ ਵਾਲਾ ਜੀ, ਤੁਹਾਡੀ ਸਹਿਮਤੀ ਹੈ ਇਸ ਫਿਲਮ ਦੇ ਨਾਲ? ਜਾਂ ਹੋਰ ਅਖੰਡ ਕੀਰਤਨ ਵਾਲੇ ਜਾਂ ਜਿੰਨੇ ਵੀ ਹੈਗੇ ਨੇ, ਤੁਹਾਡੀ ਸਹਿਮਤੀ ਹੈ ਇਸ ਫਿਲਮ ਦੇ ਨਾਲ? ਅੱਜ ਯਾਰ ਹਮਲਾ ਹੋ ਰਿਹਾ, ਬਾਅਦ 'ਚ ਫਿਰ ਆਪਾਂ ਸਾਰੇ ਜਾਣੇ ਚੀਕਾਂ ਮਾਰਦੇ ਹਾਂ, ਜਿੰਨੇ ਵੀ ਕਾਲਜਾਂ ਵਾਲੇ ਹੈਗੇ ਨੇ, ਲੁਧਿਆਣੇ ਵਾਲੇ ਨੇ, ਚੌਂਤੇ ਵਾਲੇ ਨੇ, ਹੁਣ ਜਦੋਂ ਤੁਸੀਂ ਸੱਚ ਬੋਲਣਾ ਸਾਰੇ ਤੜਫਦੇ ਆ। ਜੇਕਰ ਇਹ ਹੋਇਆ ਹੋਵੇ ਵੀ ਕੱਲ੍ਹ ਨੂੰ ਤੁਹਾਡੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਅਜਿਹੀ ਵੀਡੀਓ ਆ ਜਾਵੇ
ਜਿਹਦੇ ਵਿੱਚ ਜਿਵੇਂ ਚਾਰ ਸਾਹਿਬਜ਼ਾਦੇ ਮੂਵੀ ਆਈ ਸੀ ਜਾਂ ਨਾਨਕ ਸ਼ਾਹ ਫਕੀਰ ਨੂੰ ਤੁਸੀਂ ਪ੍ਰਮੋਟ ਕਰਦੇ ਜਾਂ ਫਿਲਮ ਦੇਖਦੇ ਹੋਏ ਨਜ਼ਰ ਆਉਂਦੇ ਹੋਵੋ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪੰਥ ਵਿੱਚ ਕੋਈ ਨਾ ਕੋਈ ਵਿਵਾਦ ਸਮੇਂ ਦਰ ਸਮਾਂ ਪੈਂਦਾ ਰਹਿੰਦਾ ਇਸ ਵੇਲੇ ਇੱਕ ਵਿਵਾਦ ਚੱਲਦਾ ਪਿਆ ਜੀ ਦਾਸਤਾਨੇ ਸਰਹਿੰਦ ਮੂਵੀ ਨਾਲ ਸੰਬੰਧਿਤ ਕੁਝ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੁਣ ਇਸ ਵਿਰੋਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਸਾਡੇ ਨਾਲ ਨੇ ਦਰਬਾਰੇ ਖਾਲਸਾ ਜਥੇਬੰਦੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਜੀ ਮਾਂਜੀ ਉਹਨਾਂ ਗੱਲਬਾਤ ਕਰਦੇ ਆ ਵੀ ਉਹ ਇਸ ਸੰਬੰਧ ਵਿੱਚ ਆਪਣੀ ਕੀ ਰਾਏ ਰੱਖਦੇ ਆ ਭਾਈ ਸਾਹਿਬ ਜੀ ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦਰਬਾਰੇ ਖਾਲਸਾ ਜਥੇਬੰਦੀ ਇਸ ਮੂਵੀ ਬਾਰੇ ਕੀ ਸੋਚਦੀ ਹੈ ਜੀ ਦੇਖੋ ਇਹ ਜਿਹੜੀ ਫਿਲਮ ਦਾਸਤਾਨੇ ਸਰਹੰਦ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੀ ਅਸੀਂ ਜਿਵੇਂ ਪਿਛਲੀਆਂ ਕਾਰਟੂਨ ਫਿਲਮਾਂ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਾਂ ਉਸੇ ਲੜੀ ਦੇ ਤਹਿਤ ਇਹਦਾ ਵੀ ਡਟਵਾਂ ਵਿਰੋਧ ਕਰਦੇ ਹਾਂ ਜਿਹਦੇ ਬਹੁਤ ਸਾਰੇ ਸਾਡੇ ਕੋਲ ਕਾਰਨ ਹੈਗੇ ਨੇ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਸਿੱਖੀ ਦੀ ਰੂਹਾਨੀਅਤ ਦੇ ਉੱਤੇ ਸਿੱਧਾ ਹਮਲਾ ਹੈ ਜਿਹਦਾ ਨੁਕਸਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਠਾਉਣਾ ਪਊਗਾ ਇਸ ਲਈ ਇਹ ਫਿਲਮ ਜਿਹੜੀ ਹੈ ਤੁਰੰਤ ਬੰਦ ਹੋਣੀ ਚਾਹੀਦੀ ਹੈ ਜੀ ਤੁਸੀਂ ਇਹ ਦੇਖੋ ਵੀ ਜਥੇਬੰਦੀਆਂ ਵੱਲੋਂ ਵਿਰੋਧ ਤਾਂ ਕੀਤਾ ਜਾਂਦਾ ਈਵਨ ਕਿ ਸ਼੍ਰੋਮਣੀ ਕਮੇਟੀ ਕਦੇ ਹਾਂ ਕਦੇ ਨਾ ਕਰ ਦਿੰਦੀ ਹੈ ਕਿਉਂਕਿ ਜਦੋਂ ਅਸੀਂ ਗੱਲਬਾਤ ਦੇਖਦੇ ਹਾਂ ਇੰਟਰਵਿਊ ਦੇਖਦੇ ਹਾਂ ਗੁਰਪ੍ਰੀਤ ਘੁੱਗੀ ਜੀ ਜੋ ਕਿ ਇਸ ਫਿਲਮ ਦੇ ਅਦਾਕਾਰ ਵੀ ਨੇ ਉਸ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਤੋਂ ਹਰ ਸਟੈਪ ਦੇ ਉੱਤੇ ਮਨਜ਼ੂਰੀ ਲਏਗੀ ਹੁਣ ਪਤਾ ਨਹੀਂ ਹੈ ਵੀ ਅਸਲ ਸੱਚਾਈ ਕੀ ਹੈ ਤੁਹਾਡੀ ਜਥੇਬੰਦੀ ਤੇ ਹੋਰ ਕੁਝ ਜਥੇਬੰਦੀਆਂ ਵੀ ਵਿਰੋਧ ਦਰਜ ਜ਼ਰੂਰ ਕਰਵਾਉਂਦੀਆਂ ਨੇ ਪਰ ਉਹਨਾਂ ਕੋਲ ਕੋਈ ਅਲਟਰਨੇਟ ਹੈ ਵੀ ਹਾਂ ਇਸ ਦਾ ਬਦਲ ਇਹ ਹੈ ਵੀਰ ਹਰਪਾਲ ਸਿੰਘ ਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਤਾਂ ਸਾਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਵੀ ਇਹਦਾ ਨੁਕਸਾਨ ਕੀ ਹੈ ਸਾਨੂੰ ਇਹ ਜਿਹੜਾ ਇਹ ਦੇਖੋ ਅੱਜ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਹਾਂ ਤਾਂ ਸਾਡੇ ਭੈਣ ਭਰਾ ਸੋਭਾ ਸਿੰਘ ਦੀ ਉਹ ਤਸਵੀਰ ਜਿਹੜੀ ਉਹਨਾਂ ਨੇ ਆਪਣੀ ਹੀ ਫੋਟੋ ਦੇ ਉੱਤੇ ਪੱਗ ਬੰਨ ਕੇ ਸਾਰੀ ਕੌਮ ਨੂੰ ਸੌਂਪ ਦਿੱਤੀ ਹੈ ਤੇ ਅੱਜ ਉਹੀ ਫੋਟੋ ਜਿਹੜੀ ਹੈ ਸਾਰੇ ਸੋਸ਼ਲ ਮੀਡੀਆ ਰਾਹੀਂ ਸੈਂਡ ਕਰਕੇ ਵਧਾਈਆਂ ਦੇ ਰਹੇ ਨੇ ਜਿਸ ਗੁਰੂ ਨਾਨਕ ਸਾਹਿਬ ਨੇ ਸਰੀਰ ਵਿੱਚ ਰਹਿੰਦਿਆਂ ਸਰੀਰ ਅਤੇ ਤਸਵੀਰ ਪੂਜਾ ਦਾ ਵਿਰੋਧ ਕੀਤਾ ਉਸੇ ਗੁਰੂ ਨਾਨਕ ਸਾਹਿਬ ਦੀ ਮਨੋਕਲਪਨਿਕ ਤਸਵੀਰ ਬਣਾ ਕੇ ਸਾਨੂੰ ਪੱਕੇ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਦੂਰ ਕਰਨ ਦਾ ਯਤਨ ਕੀਤਾ ਗਿਆ ਜਿਹਦੇ ਵਿੱਚ ਉਹ ਬਹੁਤ ਵੱਡੇ ਪੱਧਰ ਤੇ ਸਫਲ ਵੀ ਹੋਏ ਨੇ ਤਾਂ ਹੁਣ ਕੀ ਹੈ ਹੁਣ ਉਸ ਤੋਂ ਅੱਗੇ ਵਧਿਆ ਗਿਆ ਸੰਨ 2015 ਦੇ ਵਿੱਚ ਸਾਹਿਬਜ਼ਾਦੇ ਫਿਲਮ ਆਈ ਉਸ ਤੋਂ ਬਾਅਦ ਇੱਕ ਦੌਰ ਚੱਲਿਆ ਕਦੇ ਨਾਨਕ ਸ਼ਾਹ ਫਕੀਰ ਕਦੇ ਦਾਸਤਾਨ ਨੇ ਮੀਰੀ ਪੀਰੀ ਇਸ ਤਰ੍ਹਾਂ ਦੀਆਂ ਫਿਲਮਾਂ ਆਉਣ ਲੱਗੀਆਂ ਤਾਂ ਮੈਂ ਇੱਕ ਦੱਸਣਾ ਚਾਹੁੰਦਾ ਕਿ ਹੁਣ ਜਿਹੜੇ ਇਹ ਫਿਲਮ ਦੇ ਡਾਇਰੈਕਟਰ ਨੇ ਉਸ ਵੀਰ ਦਾ ਟੈਲੀਫੋਨ ਆਇਆ ਸਾਡੇ ਇੱਕ ਵੀਰ ਪੰਜਾਬ ਦੇ ਵਿੱਚ ਕਾਫੀ ਕੰਮ ਕਰ ਰਹੇ ਨੇ ਅੱਜ ਕੱਲ੍ਹ ਮਲਕੀਤ ਸਿੰਘ ਹੋਰਾਂ ਨੂੰ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਉਹਨਾਂ ਨੇ ਦਲੀਲ ਇਹ ਦਿੱਤੀ ਕਿ ਤੁਸੀਂ ਪਹਿਲਾਂ ਐਂ ਕਰੋ ਘਰਾਂ ਵਿੱਚੋਂ ਜਾ ਕੇ ਲੋਕਾਂ ਦੇ ਗੁਰੂਆਂ ਦੀਆਂ ਫੋਟੋਆਂ ਚੁਕਾ ਦਿਓ ਫਿਰ ਅਸੀਂ ਫਿਲਮ ਵਾਪਸ ਲੈ ਲਾਂਗੇ ਤੁਸੀਂ ਮੰਨਦੇ ਹੋ ਵੀ ਜਿਹੜਾ ਉਹਨਾਂ ਨੇ ਇਹ ਤੁਹਾਨੂੰ ਦੱਸਿਆ ਹੈਗਾ ਵੀ ਇਹ ਜੋ ਉਹਨਾਂ ਨੇ ਵੈਲਿਡ ਰੀਜ਼ਨ ਦਿੱਤਾ ਹੈਗਾ ਵੀ ਤੁਹਾਡੇ ਕੋਲ ਉਹਦਾ ਕੋਈ ਬਦਲ ਹੈਗਾ ਜਦੋਂ ਉਹ ਕਹਿ ਰਹੇ ਵੀ ਫੋਟੋਆਂ ਤੁਸੀਂ ਨਹੀਂ ਚੁਕਾ ਸਕਦੇ ਹੈ ਸਮੇਂ ਸਮੇਂ ਤੇ ਜੇ ਮੂਵੀਆਂ ਆਉਂਦੀਆਂ ਨੇ ਸ਼੍ਰੋਮਣੀ ਕਮੇਟੀ ਕਦੇ ਹਾਂ ਕਦੇ ਨਾ ਕਰ ਦਿੰਦੀ ਹੈ ਹਨਾ ਤੁਸੀਂ ਇਸ ਦੇ ਉੱਤੇ ਪੰਥ ਅੱਜ ਤੱਕ ਸਪਸ਼ਟ ਫੈਸਲਾ ਨਹੀਂ ਲੈ ਸਕਿਆ ਫਿਰ ਜਦੋਂ ਤੁਸੀਂ ਕੋਈ ਕਰੋੜਾਂ ਦਾ ਬਜਟ ਲਗਾ ਕੇ ਮੂਵੀ ਤਿਆਰ ਕਰਦਾ ਤੇ ਅਸੀਂ ਮਿੰਟ ਇੱਕ ਦੇ ਵਿੱਚ ਵਿਰੋਧ ਕਰ ਦਿੰਦੇ ਹਾਂ ਜਿਹੜੇ ਬੰਦੇ ਦੇਖੋ ਇਹਨੂੰ ਏਦਾਂ ਸਮਝੀਏ ਮੰਨ ਲਓ ਫੋਟੋਆਂ ਅਸੀਂ ਨਹੀਂ ਚੁਕਾ ਸਕੇ ਇੱਕ ਗਲਤੀ ਹੋਈ ਹੈ ਅਸੀਂ ਤਾਂ ਪ੍ਰਚਾਰ ਦੇ ਵਿੱਚ ਜ਼ੋਰ ਲਾ ਰਹੇ ਹਾਂ ਮੰਨ ਲਓ ਤਾਂ ਬਹੁਤ ਸਾਰੇ ਵੀਰ ਜਿਹੜੇ ਸਮਝਦੇ ਆ ਉਹਨਾਂ ਦੇ ਘਰ 'ਚ ਗੁਰੂ ਸਾਹਿਬਾਨ ਦੀ ਫੋਟੋਆਂ ਦੀ ਥਾਂ ਤੇ ਗੁਰਬਾਣੀ ਦੇ ਸ਼ਬਦ ਲੱਗ ਰਹੇ ਨੇ ਪਰ ਜੇ ਕੋਈ ਸਾਡੇ ਫਿਲਮ ਦਾ ਇਸ ਫਿਲਮ ਦਾ ਡਾਇਰੈਕਟਰ ਅੱਜ ਇਹ ਕਹਿ ਰਿਹਾ ਕਿ ਦੇਖੋ ਮੂਰਤੀਆਂ ਚੁਕਾ ਦਿਓ ਇਹਦਾ ਮਤਲਬ ਅੰਦਰ ਤਾਂ ਉਹਦਾ ਵੀ ਕਬੂਲ ਕਰ ਰਿਹਾ ਵੀ ਹੋਇਆ ਹੋਇਆ ਗਲਤ ਹੈ ਕੁਛ ਤੇ ਜੇ ਮੂਰਤੀਆਂ ਫੋਟੋਆਂ ਆ ਗਈਆਂ ਹੁਣ ਉਹਦਾ ਹਵਾਲਾ ਦੇ ਕੇ ਉਸ ਤੋਂ ਅਗਲੀ ਵੱਡੀ ਗਲਤੀ ਕਰਨੀ ਐਨੀਮੇਸ਼ਨ ਦੀ ਤੇ ਭਵਿੱਖ ਦੇ ਵਿੱਚ ਫਿਰ ਸਿੱਧੇ ਰੋਲ ਕਰਨਗੇ ਬੰਦੇ ਉਹ ਕਹਿਣਗੇ ਤੁਸੀਂ ਐਨੀਮੇਸ਼ਨ ਹਟਾ ਦਿਓ ਪਹਿਲਾਂ ਫਿਰ ਅਸੀਂ ਹਟ ਜਾਵਾਂਗੇ
ਜੇ ਕੁਛ ਗਲਤ ਹੋ ਗਿਆ ਪਿੱਛੇ ਤਾਂ ਇਹਦਾ ਇਹ ਮਤਲਬ ਨਹੀਂ ਵੀ ਉਹਦੇ ਹਵਾਲੇ ਦੇ ਕੇ ਅਸੀਂ ਗਲਤ ਹੀ ਚੱਲੀ ਜਾਣਾ। ਤੋ ਦੂਜੀ ਗੱਲ ਇਹ ਹੈ ਜੀ, ਜਿਹੜੀ ਆਪ ਜੀ ਕਹਿ ਰਹੇ ਹੋ ਵੀ ਕਿ ਇਹ ਜਿਹੜੇ ਬੰਦੇ ਨੇ ਆਪਣੇ ਮਤਲਬ ਇਹਦਾ ਪੱਕਾ ਹੱਲ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਤੇ ਸਖ਼ਤ ਸਟੈਂਡ ਲੈਣ ਕਿ ਸਿੱਖ ਸਿਧਾਂਤ ਦੇ ਅਨੁਸਾਰ ਗੁਰੂ ਸਾਹਿਬਾਨ ਜਾਂ ਗੁਰੂ ਸਾਹਿਬਾਨ ਦੇ ਪਰਿਵਾਰ ਜਾਂ ਸਾਡੇ ਜਿਹੜੇ ਮਹਾਨ ਸ਼ਹੀਦ ਸਿੰਘ ਹੋਏ ਨੇ, ਗੁਰੂ ਸਾਹਿਬ ਵੇਲੇ ਦੇ ਅਹਿਮ ਸਿੱਖ ਹੋਏ ਨੇ, ਉਹਨਾਂ ਦਾ ਉਹਨਾਂ ਦੀ ਜਿਹੜੀ ਪੇਸ਼ਕਾਰੀ ਹੈ ਕਾਰਟੂਨ ਦੇ ਰੂਪ ਵਿੱਚ ਜਾਂ ਸਿੱਧੇ ਰੂਪ ਵਿੱਚ ਨਹੀਂ ਹੋ ਸਕਦੀ। ਗੁਰਮੂਰਤ ਗੁਰ ਸ਼ਬਦ ਹੈ ਦੇ ਸਿਧਾਂਤ ਦੇ ਉੱਤੇ ਇਹ ਸਿੱਧਾ ਹਮਲਾ ਹੈ। ਪ੍ਰੋਫੈਸਰ ਪੂਰਨ ਸਿੰਘ ਵਰਗੇ ਮਹਾਨ ਵਿਦਵਾਨ ਦਾਰਸ਼ਨਿਕ ਭਾਈ ਵੀਰ ਸਿੰਘ ਹੋਰਾਂ ਸਮੇਤ ਸਾਰੇ ਜਿੰਨੇ ਵੀ ਪੁਰਾਣੇ ਆਪਾਂ ਗੁਰਮੁਖ ਲੇਖਕਾਂ ਨੂੰ ਪੜ੍ਹ ਲਈਏ, ਉਹ ਸਾਰੇ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਨਾਟਕਾਂ ਦੇ ਡਟਵੀਂ ਵਿਰੋਧਤਾ ਕਰਦੇ ਨੇ। ਅਸੀਂ ਖੁੱਲ੍ਹਾ ਇਹਨਾਂ ਨੂੰ ਚੈਲੰਜ ਵੀ ਕਰਦੇ ਹਾਂ ਫਿਲਮ ਵਾਲਿਆਂ ਨੂੰ ਕਿ ਜੇ ਤੁਹਾਡੇ ਅੰਦਰ ਇਮਾਨਦਾਰੀ ਹੈ ਤੁਸੀਂ ਸਾਨੂੰ ਸਾਬਤ ਕਰਕੇ ਦੱਸ ਦਿਓ ਨਾ ਕਿ ਇਹ ਸਿਧਾਂਤ ਮੁਤਾਬਕ ਠੀਕ ਹੋ ਰਿਹਾ। ਤੋ ਇਹ ਕੱਚੀਆਂ ਜਿਹੀਆਂ ਦਲੀਲਾਂ ਦੇ ਕੇ ਚਾਹੁੰਦੇ ਆ, ਇਸ ਤਰ੍ਹਾਂ ਜਿਹੜੀ SGPC ਦੀ ਗੱਲ ਆਪ ਜੀ ਨੇ ਕੀਤੀ ਹੈ, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨਾਲ ਮੇਰੀ ਅੱਜ ਗੱਲ ਹੋਈ ਹੈ। ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਇਹ ਫਿਲਮ ਬਾਰੇ ਕੀ ਹੈ ਤੁਹਾਡਾ, ਉਹ ਕਹਿੰਦੇ ਅਸੀਂ ਮਨਜ਼ੂਰੀ ਨਹੀਂ ਦਿੱਤੀ ਤੇ ਅਸੀਂ ਬਿਆਨ ਦੇ ਰਹੇ ਹਾਂ। SGPC ਦੇ ਜਿਹੜੇ ਬੁਲਾਰੇ ਨੇ ਹਰਭਜਨ ਸਿੰਘ, ਉਹਨਾਂ ਵੱਲੋਂ ਇਹ ਬਿਆਨ ਆਇਆ ਕਿ ਅਸੀਂ ਇਸ ਫਿਲਮ ਨੂੰ ਕੋਈ ਮਨਜ਼ੂਰੀ ਨਹੀਂ ਦਿੱਤੀ ਤੇ ਦੂਜਾ ਅਸੀਂ ਜਿਹੜਾ ਹੈਗਾ ਸੁਚੇਤ ਆ ਇਸ ਰੂਪ ਦੇ ਵਿੱਚ। ਤਾਂ ਮੈਂ ਧਾਮੀ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਸਿਰਫ ਬਿਆਨ ਦੇਣ ਨਾਲ ਗੱਲ ਨਹੀਂ ਬਣਨੀ, ਇੱਕ ਤਾਂ ਇਹਦੇ ਤੇ ਪਰਮਾਨੈਂਟ ਬੈਨ ਲਾਉਣ ਲਈ ਕੀ ਕਰ ਰਹੇ। ਉਹ ਕਹਿੰਦੇ ਸੀ ਅਸੀਂ ਸੈਂਸਰ ਬੋਰਡ ਨੂੰ ਲਿਖ ਰਹੇ ਹਾਂ। ਤੇ ਦੂਜਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਆਪ ਜੀ ਕਹਿ ਰਹੇ ਹੋ, ਸਾਡੀ ਕੋਈ ਕਮੇਟੀ SGPC ਜਿਹੜੀ ਆ ਕੋਈ ਇਸ ਤਰ੍ਹਾਂ ਦਾ ਆਪਣਾ ਸਿੱਖ ਬੋਰਡ ਬਣਾਵੇ, ਕੋਈ ਵੀ ਧਾਰਮਿਕ ਗਾਣਾ ਜਾਂ ਕੋਈ ਇਸ ਤਰ੍ਹਾਂ ਦਾ ਕੁਛ ਆਉਣਾ ਤੇ ਉਹਦੇ ਤੇ ਚੰਗੀ ਤਰ੍ਹਾਂ ਚਰਚਾ ਹੋਵੇ, ਫੇਰ ਉਹ ਜੇ ਪਾਸ ਕਰਦੇ ਆ ਤਾਂ ਉਹ ਹੋਵੇ। ਤਾਂ ਇਹਦੇ ਤੋਂ ਇਲਾਵਾ ਜਿਹੜਾ ਕਾਰਟੂਨ ਵਾਲਾ ਤਾਂ ਸਿੱਧੇ ਰੂਪ ਦੇ ਵਿੱਚ ਫੈਸਲਾ ਹੋਣਾ ਚਾਹੀਦਾ। ਮੈਂ ਇਹ ਬੇਨਤੀ ਕਰਦਾ ਵੀਰ ਹਰਪਾਲ ਸਿੰਘ ਜੀ ਕਿ ਕਿਸੇ ਚਿੱਤਰਕਾਰ ਦੇ ਵਿੱਚ, ਕਿਸੇ ਆਰਟਿਸਟ ਦੇ ਵਿੱਚ ਇਹ ਹਿੰਮਤ ਹੈਗੀ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਚਿੱਤਰ ਬਣਾ ਕੇ ਦਿਖਾ ਦੇਣ ਨਾ। ਫਿਰ ਇਸ ਗੱਲੋਂ ਤਾਂ ਮੁਸਲਿਮ ਕੌਮ ਨੂੰ ਸਲਿਊਟ ਕਰਨਾ ਬਣਦਾ ਕਿ ਉਹ ਫਿਰ ਕੀ ਹਸਰ ਕਰਨਗੇ ਉਹਨਾਂ ਦਾ। ਤੇ ਫਿਰ ਸਾਡੇ ਸਿੱਖ ਕੌਮ ਦੇ ਵਿੱਚ ਇਹ ਖੁੱਲਵਾੜਾ ਜਿਹਾ ਹੋਇਆ ਪਿਆ ਕਿ ਜਿਹਦਾ ਜਿਵੇਂ ਜੀ ਕਰਦਾ ਉਹ ਕੰਮ ਦੱਬੀ ਜਾਂਦੇ ਆ, ਸਿਰਫ ਤੇ ਸਿਰਫ ਪੈਸੇ ਦੀ ਲਾਲਸਾ ਦੇ ਲਈ ਇਹ ਸਾਰਾ ਕੰਮ ਹੈ ਜਿਹੜਾ ਚੱਲ ਰਿਹਾ। ਇਹਦੇ ਲਈ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ? ਵੀ ਤੁਸੀਂ ਕਹਿ ਰਹੇ ਹੋ ਵੀ ਪੂਰਾ ਖੁੱਲਵਾੜਾ ਦਿੱਤਾ ਹੋਇਆ, ਕੋਈ ਕੀ ਕਰ ਜਾਂਦਾ, ਕਿਤੇ ਕੋਈ ਕੁਛ ਕਰਦਾ, ਇਹਦੇ ਵਾਸਤੇ ਮੇਨ ਜ਼ਿੰਮੇਵਾਰ ਕੌਣ ਹੈ ਫਿਰ? ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਜੀ। ਜਿਹੜੇ ਤਖਤਾਂ ਦੇ ਜਥੇਦਾਰ ਸਾਹਿਬ ਨੇ ਉਹ ਜ਼ਿੰਮੇਵਾਰ ਨੇ, ਉਹ ਬਣਦੀ ਭੂਮਿਕਾ ਨਿਭਾ ਹੀ ਨਹੀਂ ਰਹੇ। ਮਤਲਬ ਹੁਣ ਦੇਖੋ ਸੰਗਤ ਵਿਰੋਧ ਕਰ ਰਹੀ ਹੈ, ਪੰਜਾਬ ਦੇ ਵਿੱਚ ਪਿੰਡਾਂ ਵਿੱਚ ਮਤੇ ਪੈ ਰਹੇ ਨੇ ਇਸ ਫਿਲਮ ਦੇ ਖਿਲਾਫ, ਯੂਨੀਵਰਸਿਟੀਆਂ ਦੇ ਸਟੂਡੈਂਟ ਸੜਕਾਂ ਤੇ ਉੱਤੇ ਆਏ ਨੇ, ਸ਼ਾਂਤਮਈ ਰੋਸ ਚੱਲ ਰਿਹਾ। ਮਾਲਵੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੁਰਦੁਆਰਿਆਂ 'ਚ ਮੀਟਿੰਗਾਂ ਚੱਲ ਰਹੀਆਂ ਨੇ। ਤਾਂ ਇੱਥੇ ਕੈਨੇਡਾ ਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਗੁਰਦੁਆਰਾ ਕਮੇਟੀਆਂ ਮਤੇ ਪਾ ਰਹੀਆਂ ਨੇ। ਔਰ ਇੱਕ ਤਾਂ ਇਹ ਵੀ ਮੈਸੇਜ ਮਿਲਿਆ ਕਿ ਕੈਨੇਡਾ ਦੇ ਸਿਨੇਮੇ ਦੇ ਵਿੱਚ ਕਿਤੇ ਵੀ ਇਹ ਫਿਲਮ ਲੱਗਣ ਨਹੀਂ ਦਿੱਤੀ ਜਾਊਗੀ, ਇਸ ਤਰ੍ਹਾਂ ਦੀ ਚਾਰਾ ਜੂਈਆਂ ਚੱਲ ਰਹੀਆਂ ਨੇ। ਤਾਂ ਇਹ ਸਾਰਾ ਕੁਛ ਜਦੋਂ ਪੰਥ ਰੌਲਾ ਪਾਉਂਦਾ, ਸੁਚੇਤ ਲੋਕ ਜਦੋਂ ਪੂਰਾ ਇਹਦੇ ਤੇ ਵਿਰੋਧ ਕਰਦੇ ਨੇ, ਉਦੋਂ SGPC ਬਿਆਨ ਦੇ ਦਿੰਦੀ ਹੈ ਕਿ ਨਹੀਂ ਜੀ ਅਸੀਂ ਵੀ ਵਿਰੋਧ ਕਰਦੇ ਹਾਂ, ਇਹ ਨਹੀਂ ਚੱਲਣੀ ਚਾਹੀਦੀ। ਤੇ ਇਹਨਾਂ ਨੂੰ ਪਹਿਲਾਂ ਹੀ ਪੱਕੇ ਤੌਰ ਤੇ ਕੋਈ ਪ੍ਰਬੰਧ ਕਰਨਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਉਹ ਜਾਣਕਾਰੀ ਰੱਖਦੇ ਨੇ। ਉਹਨਾਂ ਨੂੰ ਚਾਹੀਦਾ ਇਹਦੇ ਤੇ ਤੁਰੰਤ ਉਹ ਇੱਕ ਇਸ ਤਰ੍ਹਾਂ ਦਾ ਫੈਸਲਾ ਪੂਰੇ ਪੰਥ ਨੂੰ ਦੇ ਦੇਣ, ਦੱਸ ਦੇਣ। ਬਲਕਿ ਮੈਂ ਤਾਂ ਕਹਿੰਦਾ ਕਿ ਮਨੋਕਲਪਨਿਕ ਤਸਵੀਰਾਂ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮੇਤ ਸਾਰੇ ਗੁਰੂ ਸਾਹਿਬਾਨ ਦੀਆਂ ਮਨੋਕਲਪਨਿਕ ਤਸਵੀਰਾਂ ਤੇ, ਤੇ ਇਹ ਤਾਂ ਹੁਣ ਹੋਰ ਅੱਗੇ ਵਧ ਗਏ ਜੀ। ਤਾਂ ਫਿਰ ਇਹ ਜੇ ਅਸੀਂ ਇਹਨਾਂ ਫਿਲਮਾਂ ਨੂੰ ਨਾ ਰੋਕ ਸਕੇ, ਵੀਰ ਹਰਪਾਲ ਸਿੰਘ ਜੀ ਇਹ ਗੱਲ ਯਾਦ ਰੱਖਣ ਸਾਰੇ ਸਿੱਖ, ਆਉਣ ਵਾਲੇ ਸਮੇਂ ਦੇ ਵਿੱਚ ਸਿੱਧੇ ਆਦਮੀ ਫਿਰ ਰੋਲ ਕਰਿਆ ਕਰਨਗੇ। ਜਿਵੇਂ ਆਪਾਂ ਸਤਿਕਾਰਯੋਗ ਹਿੰਦੂ ਧਰਮ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਦੇ ਜਿਹੜੇ ਸਨਮਾਨਿਤ ਦੇਵਤੇ ਨੇ ਉਹਨਾਂ ਦੇ ਰੋਲ ਹੁੰਦੇ ਨੇ, ਤੇ ਉਹ ਰੋਲ ਕਰਨ ਵਾਲੇ ਬੰਦੇ ਕਈ ਵਾਰੀ ਕੀ ਕਰਦੇ ਨੇ, ਉਸੇ ਰੋਲ ਦੇ ਵਿੱਚ ਸਿਗਰਟ ਪੀ ਰਹੇ ਹੁੰਦੇ ਨੇ, ਉਹ ਵੀਡੀਓ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ। ਪਰ ਇਹ ਤਾਂ ਇਹ ਲਾਈਵ ਮੂਵੀ ਤਾਂ, ਲਾਈਵ ਵੀਡੀਓ ਤਾਂ ਫਿਲਮ ਤਾਂ ਹੈ ਨਹੀਂ, ਇਹ ਤਾਂ ਕਾਰਟੂਨਿਸਟ ਹੈਗੀ ਆ। ਜੇ ਇਸ ਤਰੀਕੇ ਦੇ ਨਾਲ, ਮੈਂ ਇੱਕ ਵਿਦਵਾਨ ਦਾ ਹਵਾਲਾ ਦਿੰਦਾ,
ਸਰਦਾਰ ਹਰਜਿੰਦਰ ਸਿੰਘ ਦਲਗੀਰ ਨੇ ਆਪਣੇ ਆਈਡੀ ਤੇ ਸ਼ੇਅਰ ਕੀਤੀ ਹੈ ਵੀ ਜੇਕਰ ਇਸ ਫਿਲਮ ਦੇ ਇਤਿਹਾਸਿਕ ਪੱਖ ਤੇ ਪਰੰਪਰਾਗਤ ਤੌਰ ਤੇ ਇਹ ਠੀਕ ਹੈ, ਇਹਦੇ ਵਿੱਚ ਗਲਤੀਆਂ ਨਹੀਂ ਹੈ, ਇਤਿਹਾਸਿਕ ਪੱਖ ਠੀਕ ਰੱਖਿਆ ਗਿਆ ਤਾਂ ਕਾਟਲੋ ਜਿਹੜੀ ਮੂਵੀ ਹੈ ਇਸ ਨੂੰ ਚੱਲਣ ਦੇਣਾ ਚਾਹੀਦਾ, ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਉਹ ਵੀ ਤਾਂ ਵਿਦਵਾਨ ਸੱਜਣ ਹੈ। ਵਿਦਵਾਨ ਸੱਜਣ ਨੇ, ਪਰ ਮੈਂ ਇਹ ਕਹਿਣਾ ਚਾਹੁੰਦਾ ਦਲਗੀਰ ਸਾਹਿਬ ਨੂੰ ਕਿ ਉਹਨਾਂ ਨੇ ਬਹੁਤ ਚੰਗਾ ਵੀ ਲਿਖਿਆ ਹੈਗਾ, ਤਾਂ ਕਿ ਗੁਰੂ ਸਾਹਿਬ ਜਾਂ ਸਾਹਿਬਜ਼ਾਦਿਆਂ ਨੂੰ ਏਦਾਂ ਇਹ ਗੱਲ ਸਾਨੂੰ ਬੁੱਤ ਪ੍ਰਸਤੀ ਵੱਲ ਖਿੱਚ ਕੇ ਲੈ ਕੇ ਜਾ ਰਹੀ ਹੈ। ਗੁਰੂ ਪ੍ਰਤੀ ਜਾਂ ਸਾਹਿਬਜ਼ਾਦਿਆਂ ਦਾ ਜਿਹੜਾ ਬਿੰਬ ਤੁਹਾਡੀ ਸੁਰਤ ਦੇ ਵਿੱਚ ਬਣਿਆ ਹੁੰਦਾ, ਇਹ ਕਾਰਟੂਨ ਜਿਹੜੇ ਨੇ ਉਸ ਬਿੰਬ ਦੇ ਉੱਤੇ ਸੱਟ ਮਾਰਦੇ ਨੇ। ਜਦੋਂ ਅੱਜ ਅਸੀਂ ਇਹਨੂੰ ਏਦਾਂ ਸਮਝਿਓ, ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਤਾਂ ਜਿਹੜੀ ਸਾਡੀ ਸੁਰਤ ਦੇ ਵਿੱਚ ਤਸਵੀਰ ਬਣਨ ਲੱਗ ਗਈ, ਗੁਰੂ ਗੋਬਿੰਦ ਸਿੰਘ ਕਹਿੰਦੇ ਆ ਤਸਵੀਰ ਬਣਨ ਲੱਗ ਗਈ, ਤਾਂ ਉਹ ਜਿਹੜੀ ਹੈ ਉਹ ਖਤਰਨਾਕ ਚੀਜ਼ ਹੈ। ਹਜ਼ਰਤ ਮੁਹੰਮਦ ਸਾਹਿਬ ਕਿਹਾ ਕਦੇ ਸੁਰਤ 'ਚ ਤਸਵੀਰ ਨਹੀਂ ਬਣਦੀ, ਕਿਸੇ ਦੇਵਤੇ ਦਾ ਨਾਮ ਲਓ ਤਸਵੀਰ ਬਣਦੀ ਹੈ। ਤਾਂ ਮੁਸਲਿਮ ਕਮਿਊਨਿਟੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਹੋਇਆ ਕਿ ਜੇ ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਆ ਪਵਿੱਤਰ ਕੁਰਾਨ ਦੇ ਵਿੱਚੋਂ ਹੋਣਗੇ, ਸਾਨੂੰ ਇਸ ਗੱਲ ਦੇ ਉੱਤੇ ਆਉਣਾ ਚਾਹੀਦਾ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੋਣਗੇ, ਤਾਂ ਇਹ ਜਿਹੜੀ ਸਾਡੀ ਚੀਜ਼ ਹੈ। ਹੁਣ ਆਹ ਮੇਰੇ ਕੋਲ ਇੱਕ ਕਿਤਾਬ ਪਈ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀ, ਇਹਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਲੇਖ ਲਿਖਿਆ ਕਲਗੀਆਂ ਵਾਲੇ ਦੀ ਛਵੀ, ਉਹਦੇ ਵਿੱਚ ਉਹ ਬੜਾ ਸਪਸ਼ਟ ਕਹਿੰਦੇ ਆ, ਮਤਲਬ ਕਹਿੰਦੇ ਆ ਵੀ ਮੈਂ ਤਸਵੀਰ ਬਣਾਉਣ ਬਾਰੇ ਸੋਚਿਆ, ਲੰਮੀ ਚੌੜੀ ਗੱਲ ਵਿੱਚ ਕਹਿੰਦੇ ਆਖਰ ਜੇ ਆਪਾਂ ਰਿਜ਼ਲਟ ਕੱਢੀਏ ਉਹਦੇ ਚ ਕਹਿੰਦੇ ਨੇ ਤਸਵੀਰ ਨਹੀਂ ਬਣ ਸਕਦੀ। ਤੁਸੀਂ ਆਪ ਸੋਚੋ ਵੀਰ ਹਰਪਾਲ ਸਿੰਘ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਇਹ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੇਸਾਂ ਦੀ ਸਿਰਫ ਇੱਕ ਤਾਰ ਤੋਂ ਲੋਕ ਅਤੇ ਪ੍ਰਲੋਕ ਬਾਰੇ ਜਾ ਸਕਦੇ ਆ, ਤਾਂ ਕੀ ਉਸ ਗੁਰੂ ਦੀ ਕੋਈ ਤਸਵੀਰ ਬਣਾ ਸਕਦਾ? ਜਾਂ ਸਾਹਿਬਜ਼ਾਦਿਆਂ ਦੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪ੍ਰਤੀ ਸਾਡੀ ਇੱਕ ਵੱਖਰੀ ਆਸਥਾ ਹੈ, ਇੱਕ ਵੱਖਰੀ ਭਾਵਨਾ ਬਣੀ ਹੋਈ ਹੈ। ਉਹਨਾਂ ਨੂੰ ਜਦੋਂ ਅਸੀਂ ਦੁਨਿਆਵੀ ਸਾਰੇ ਚਮਕ ਦਮਕ ਦੇ ਵਿੱਚ ਦੁਨਿਆਵੀ ਸਿਸਟਮ ਰਾਹੀਂ ਪ੍ਰਦਰਸ਼ਿਤ ਕਰਾਂਗੇ, ਇਹ ਸਾਡੀ ਰੂਹਾਨੀਅਤ ਜਿਹੜੀ ਸਿੱਖੀ ਦੀ ਰੂਹਾਨੀਅਤ ਹੈ ਉਹਦੇ ਉੱਤੇ ਹਮਲ ਹੈ। ਸਿਰਫ ਇਹ ਕੱਚ ਘਰਡ ਦਲੀਲਾਂ ਦੇਣੀ ਹੈ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਹੋ ਰਿਹਾ, ਹਰ ਸਿੱਖ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਤਤਪਰ ਰਹਿਣਾ ਚਾਹੀਦਾ, ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ। ਪਰ ਇਹਦੇ ਕੋਲ ਭਾਈ ਸਾਹਿਬ ਜੀ ਮੈਂ ਇਹੀ ਪੁੱਛ ਰਿਹਾ ਤੁਹਾਨੂੰ ਸਵਾਲ, ਕਿਤੇ ਤਾਂ ਅਲਟਰਨੇਟ ਕੌਮ ਕੋਲ ਕੋਈ ਹੈਗਾ? ਬਿਲਕੁਲ ਜੀ, ਹਾਂਜੀ ਦੱਸੋ ਪਲੀਜ਼। ਇਹਦਾ ਦੇਖੋ, ਸਾਡੇ ਕੋਲ ਗੁਰੂ ਸਾਹਿਬ ਨੇ ਸਾਨੂੰ ਸਭ ਕੁਛ ਪਹਿਲਾਂ ਦਿੱਤਾ ਹੋਇਆ ਹੈਗਾ, ਸਾਡੇ ਕੋਲੇ ਗੁਰਬਾਣੀ ਵਿਚਾਰ ਹੈ, ਸਾਡੇ ਕੋਲੇ ਸਿੱਖ ਇਤਿਹਾਸ ਦੀਆਂ ਸਾਖੀਆਂ ਨੇ। ਪਰ ਜੇ ਫਿਲਮਾਂ ਬਣਾਉਣੀਆਂ ਚਾਹੁੰਦੇ ਸਾਡੇ ਭਰਾ, ਅਸੀਂ ਕਹਿੰਦੇ ਹਾਂ ਜਮ ਜਮ ਕੇ ਫਿਲਮਾਂ ਬਣਾਓ, ਉਹ ਫਿਲਮਾਂ ਬਣਾਓ ਗੁਰਬਾਣੀ ਦੀ ਰੋਸ਼ਨੀ ਚ, ਮੰਨ ਲਓ ਇੱਕ ਪੂਰੀ ਸਟੋਰੀ ਚੱਲੇ ਜਿਹੜੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਇਸ ਪੰਕਤੀ ਦੇ ਆਧਾਰਤ ਪੂਰੀ ਇੱਕ ਸਟੋਰੀ ਬਣਾ ਲਓ, ਜਾਤ ਪਾਤ ਦੇ ਆਧਾਰਤ ਸਟੋਰੀ ਬਣਾ ਲਓ, ਉਹ ਫਿਲਮਾਂ ਚੱਲਣ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਨੂੰ ਦ੍ਰਿੜ ਕਰਾਉਂਦੀਆਂ ਹੋਣ, ਨਾ ਕਿ ਪ੍ਰਚਾਰ ਪ੍ਰਸਾਰ ਦੇ ਆਸਰੇ ਕੋਈ ਸਾਹਿਬਜ਼ਾਦਿਆਂ ਦੇ ਜਿਹੜੇ ਕਾਰਟੂਨ ਬਣਾਉਣ ਦਾ ਯਤਨ ਕਰੇ। ਇਹ ਤਾਂ ਵੈਸੇ ਹੀ ਮੈਨੂੰ ਲੱਗਦਾ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਕਿ ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾਉਣੇ, ਕੋਈ ਸੋਚ ਸਕਦਾ ਆਪਣੇ ਸਤਿਕਾਰਯੋਗ ਸ਼ਖਸੀਅਤਾਂ, ਆਪਣੇ ਰਹਿਬਰਾਂ ਦੇ, ਪੈਗੰਬਰਾਂ ਦੇ, ਸਤਪੁਰਸ਼ਾਂ ਦੇ, ਕੋਈ ਹੋਰ ਕੌਮ ਇਸ ਤਰ੍ਹਾਂ ਕਰਦੀ ਹੈ? ਜਿਹੜੇ ਮਤਲਬ ਚਲੋ ਮੁਸਲਮਾਨਾਂ ਦੀ ਲਾਓ ਉਦਾਹਰਣ, ਤੁਸੀਂ ਮੁਸਲਿਮ ਕਮਿਊਨਿਟੀ ਏਦਾਂ ਕਰਦੀ ਹੈ ਜੀ, ਕਾਰਟੂਨ ਦੇ ਰੂਪ ਵਿੱਚ ਬਣਾਉਣਾ, ਤੇ ਇਹਦਾ ਹੱਲ ਮਤਲਬ ਇਹ ਸਾਡਾ ਪਹਿਲੇ ਦਿਨ ਤੋਂ ਇਹ ਬੈਨ ਲੱਗਿਆ ਹੋਇਆ ਸਿੱਖਾਂ ਦੇ ਵਿੱਚ। ਪਹਿਲਾਂ ਸੋਭਾ ਸਿੰਘ ਨੇ ਦੇਖੋ ਜਿਹੜੀ ਗਲਤੀ ਕੀਤੀ, ਉਦੋਂ ਵੀ ਸਿਆਣੇ ਬੰਦਿਆਂ ਨੇ ਵਿਰੋਧ ਤਾਂ ਕੀਤੀ, ਪਰ ਜਿਹੜੇ ਆਮ ਤੌਰ ਤੇ ਵੀ ਚਲੋ ਜੀ ਚੱਲੀ ਜਾਣ ਦੋ, ਚੱਲਦੀ ਚੱਲਦੀ ਗੱਲ ਕਿੱਥੇ ਚਲੀ ਗਈ ਹੈ? ਹੁਣ ਗੁਰੂ ਸਾਹਿਬ ਦੀਆਂ ਤਸਵੀਰਾਂ ਇਹੋ ਜਿਹੀਆਂ ਬਣ ਗਈਆਂ ਜਿਹੜੀਆਂ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਵਿਗਾੜ ਰਹੀਆਂ ਨੇ, ਬਿਲਕੁਲ ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਨੇ ਜਿਹੜੀਆਂ, ਤੇ ਫਿਰ ਇਹ ਬਿਲਕੁਲ ਇਹ ਗਲਤ ਗੱਲ ਕਰ ਰਹੇ ਨੇ। ਅੱਛਾ ਇੱਕ ਦੱਸੋ, ਹੁਣ ਤੁਸੀਂ ਫਿਲਮ ਦਾ ਵਿਰੋਧ ਕਰੋਗੇ, ਫਿਲਮ ਤਾਂ ਬਣ ਚੁੱਕੀ ਹੈ, ਜਿਹੜੇ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰ ਨੇ ਕਰੋੜਾਂ ਰੁਪਇਆ ਲਾਇਆ ਜੀ, ਉਹਦੀ ਭਰਪਾਈ ਕੌਣ ਕਰੂਗਾ? ਪਹਿਲੀ ਗੱਲ। ਦੂਜੀ ਗੱਲ, ਜਦੋਂ ਹੁਣ ਇਸੇ ਫਿਲਮ ਨੂੰ, ਕਿਉਂਕਿ ਉਹ ਬਿਜ਼ਨਸਮੈਨ ਨੇ, ਉਹਨਾਂ ਨੇ ਤਾਂ ਪੈਸਾ ਕਮਾਉਣਾ, ਹੁਣ ਉਹਨਾਂ ਨੇ ਇਸ ਫਿਲਮ ਨੂੰ ਯੂਟਿਊਬ ਤੇ ਚਾੜ ਦੇਣਾ, ਜਦੋਂ ਯੂਟਿਊਬ ਦੇ ਉੱਤੇ ਲੱਖਾਂ ਲੋਕ, ਕਰੋੜਾਂ ਲੋਕ, ਮਿਲੀਅਨਸ ਪਲੱਸ ਲੋਕ ਦੇਖਣਗੇ, ਤੁਸੀਂ ਉਸ ਦਾ ਵੀ ਕੋਈ ਅਲਟਰਨੇਟ, ਉਸ ਦਾ ਵੀ ਕੋਈ ਹੱਲ ਕੀਤਾ? ਜਿਵੇਂ ਕਿ ਪਿਛਲੀਆਂ, ਚਾਹੇ ਚਾਰ ਸਾਹਿਬਜ਼ਾਦੇ ਮੂਵੀ ਹੋ ਗਈ, ਚਾਹੇ ਨਾਨਕ ਸ਼ਾਹ ਫਕੀਰ ਹੋ ਗਈ,
ਜਾਂ ਮੀਰੀ ਪੀਰੀ ਦਾਸਤਾਂ ਹੋ ਗਈ, ਅਜਿਹੀਆਂ ਫਿਲਮਾਂ ਬਥੇਰੀਆਂ ਯੂਟਿਊਬ ਤੇ ਤੁਸੀਂ ਦੇਖੋ ਲੱਭ ਲਓਗੇ। ਉਹ ਫਿਲਮ ਇਹੀ ਵੀਰ ਹਰਪਾਲ ਸਿੰਘ ਜੀ ਮੈਂ ਗੱਲ ਕਰ ਰਿਹਾ ਕਿ ਉਹ ਫਿਲਮਾਂ ਦੇ ਹੁਣ ਹਵਾਲੇ ਬਣ ਗਏ ਨਾ। ਦੇਖੋ ਜੇ ਉਹਨਾਂ ਤੇ ਬੈਨ ਨਹੀਂ ਲੱਗਿਆ, ਜੇ ਰੋਕ ਨਹੀਂ ਲੱਗੀ, ਤਾਂ ਤੁਸੀਂ ਅੱਜ ਉਹਨਾਂ ਫਿਲਮਾਂ ਦੇ ਹਵਾਲੇ ਦੇ ਕੇ ਕਹਿ ਰਹੇ ਹੋ ਵੀ ਆਹ ਫਿਲਮ ਵੀ ਆ ਗਈ। ਇਹ ਵੀ ਜੇ ਇਵੇਂ ਚੱਲ ਪਈ, ਅਸੀਂ ਕਹਿ ਰਹੇ ਹਾਂ ਇਹ ਹਵਾਲੇ ਬਣੀ ਜਾ ਰਹੇ ਨੇ ਬਿਨਾਂ ਮਤਲਬ ਦੇ। ਤੇ ਜਿਹੜੀ ਗੱਲ ਹੈ ਵੀ ਪੈਸੇ ਕਰੋੜਾਂ ਰੁਪਈਏ ਲਾਏ ਨੇ ਉਹਨਾਂ ਬੰਦਿਆਂ ਨੇ, ਬਹੁਤ ਵੱਡੀ ਇਹ ਗਲਤੀ ਕੀਤੀ ਹੈ। ਮੈਂ ਕਹਿੰਦਾ ਅਰਬਾਂ ਖਰਬਾਂ ਰੁਪਈਏ ਵੀ ਜੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਜਿਹੜੀ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਨੇ, ਇਹਦੇ ਸਾਨੂੰ ਇਹ ਬਿਲਕੁਲ ਫਿਕਰ ਨਹੀਂ ਹੈ। ਉਹਨਾਂ ਨੇ ਕਰੋੜਾਂ ਰੁਪਈਏ ਲਾਏ, ਉਹਨਾਂ ਨੇ ਤਾਂ ਕਰੋੜਾਂ ਰੁਪਈਆ ਲਾ ਕੇ ਸਿੱਖੀ ਦੇ ਉੱਤੇ ਹਮਲਾ ਕੀਤਾ ਤੇ ਸਿੱਖੀ ਦੇ ਸਿਧਾਂਤਾਂ ਤੇ ਉਹਨਾਂ ਨੇ ਹਮਲਾ ਕੀਤਾ। ਸੋ ਇਹਦਾ ਸਾਨੂੰ ਕੋਈ ਮੈਨੂੰ ਲੱਗਦਾ ਫਿਕਰ ਨਹੀਂ ਹੋਣਾ ਚਾਹੀਦਾ, ਬਲਕਿ ਉਹਨਾਂ ਨੂੰ ਕੌਮ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਜਿਹੜੇ ਜੇ SGPC ਦੇ ਕਿਸੇ ਬੰਦੇ ਨੇ ਪਹਿਲਾਂ ਮਨਜ਼ੂਰੀਆਂ ਦਿੱਤੀਆਂ, ਜਵਾਨੀ ਕਲਮੀ ਕੋਈ ਗੱਲਾਂ ਕੀਤੀਆਂ ਨੇ, ਉਹਨਾਂ ਨੂੰ ਕਟਹਿਰੇ 'ਚ ਲਿਆਉਣਾ ਚਾਹੀਦਾ। ਇਹ ਕੌਣ ਹੁੰਦੇ ਨੇ? ਅੱਛਾ, ਜੇਕਰ ਮੰਨ ਲਓ ਜਿਹੜੇ ਇਹ ਮੂਵੀ ਬਣਾਉਣ ਵਾਲੇ ਡਾਇਰੈਕਟਰ ਪ੍ਰੋਡਿਊਸਰ ਜਿਹੜੀ ਟੀਮ ਹੈ ਉਹਨਾਂ ਨੇ ਹਵਾਲੇ ਦੇ ਕੇ ਪੇਸ਼ ਕਰ ਦਿੱਤਾ ਵੀ ਸ਼੍ਰੋਮਣੀ ਕਮੇਟੀ ਵੀ ਜ਼ਿੰਮੇਵਾਰ ਹੈ, ਉਸਨੇ ਸਾਨੂੰ ਇਸ ਦੇ ਲਈ ਪਰਮਿਸ਼ਨ ਦਿੱਤੀ ਸੀ, ਫਿਰ ਕੀ ਤੁਸੀਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰੋਗੇ? ਬਿਲਕੁਲ ਕਰਾਂਗੇ ਜੀ, ਸ਼੍ਰੋਮਣੀ ਕਮੇਟੀ ਤਾਂ ਹੀ ਤਾਂ ਅਸੀਂ ਸਿੱਧੀ ਸਪਸ਼ਟ ਗੱਲ ਪ੍ਰਧਾਨ ਸਾਹਿਬ ਨਾਲ ਕੀਤੀ ਹੈ ਕਿ ਤੁਸੀਂ ਇੱਥੇ ਕੀ ਸਟੈਂਡ ਕਰ ਰਹੇ ਹੋ ਤੇ ਤੁਹਾਨੂੰ ਕਰਨਾ ਚਾਹੀਦਾ। ਉਹ ਕਹਿੰਦੇ ਅਸੀਂ ਮਨਜ਼ੂਰੀ ਦਿੱਤੀ ਨਹੀਂ। ਚਲੋ ਮਨਜ਼ੂਰੀ ਉਹਨਾਂ ਨੇ ਦਿੱਤੀ ਜਾਂ ਨਾ ਦਿੱਤੀ, ਇਹ ਆਉਣ ਵਾਲੇ ਸਮੇਂ 'ਚ ਸਪਸ਼ਟ ਹੋ ਜਾਊਗਾ, ਇਹ ਤਾਂ ਫਿਲਮ ਵਾਲੀ ਟੀਮ ਉਹ ਹਵਾਲੇ ਦੇਵੇ। ਪਰ ਫਿਲਮ ਦੇ ਡਾਇਰੈਕਟਰ ਸਾਨੂੰ ਟੈਲੀਫੋਨ ਤੇ ਕਹਿ ਰਿਹਾ ਸਾਡੇ ਵੀਰ ਨੂੰ ਮਲਕੀਤ ਸਿੰਘ ਹੋਰਾਂ ਨੂੰ ਕਿ ਤੁਸੀਂ ਐਂ ਕਰੋ ਨਾ ਫਿਰ ਮੂਰਤੀਆਂ ਚਕਾ ਲਓ ਗੁਰੂ ਸਾਹਿਬ ਦੀਆਂ। ਮਤਲਬ ਇਹ ਕਿਹੋ ਜਿਹੀਆਂ ਕੱਚੀਆਂ ਦਲੀਲਾਂ ਨੇ ਕਿ ਜੇ ਕਿਸੇ ਗਲਤ ਹੋ ਗਿਆ ਪਹਿਲਾਂ ਫਿਰ ਆਪਾਂ ਪੁੱਠੇ ਪਾਸੇ ਤੁਰੇ ਰਹਿਣਾ, ਜਾਂ ਇਹ ਫਿਲਮ ਵਾਲੀ ਸਾਰੀ ਟੀਮ ਜਾਂ ਜਿੰਨੇ ਵੀ ਇਹਨਾਂ ਦੇ ਹਮਾਇਤੀ ਨੇ ਕਦੇ ਬੈਠ ਜਾਣ, ਪਿਆਰ ਨਾਲ ਬਹਿ ਕੇ ਗੱਲ ਕਰ ਲਈਏ। ਆਪਾਂ ਕਿਹੜਾ ਕੋਈ ਕਲੇਸ਼ ਹੈ ਵੀ ਜੇ ਤੁਸੀਂ ਵਾਕਈ ਸਿਧਾਂਤ ਮੁਤਾਬਕ ਗੁਰਬਾਣੀ ਮੁਤਾਬਕ ਤੁਸੀਂ ਠੀਕ ਹੋ, ਕਰੋ, ਅਸੀਂ ਮਾਫ਼ੀ ਮੰਗੀਏ ਤੁਹਾਡੇ ਤੋਂ। ਸੋ ਇਹ ਜਿਹੜਾ ਖਿਲਵਾੜ ਕਰ ਰਹੇ ਨੇ ਸਿੱਖੀ ਸਿਧਾਂਤਾਂ ਦਾ, ਅੱਜ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਵੀਰ ਹਰਪਾਲ ਸਿੰਘ ਜੀ। ਦੇਖੋ ਮੈਂ ਤਿੰਨ ਜਥੇਬੰਦੀਆਂ ਦਾ ਨਾਮ ਲਵਾਂਗਾ, ਹੁਣ ਗੱਲ ਤੁਸੀਂ ਜਿੰਨੀ ਮਰਜ਼ੀ ਚੱਜਦੀ ਕਰੀ ਜਾਓ, ਪਰ ਸਾਡੀ ਕੌਮ ਦੀ ਇਹ ਹਾਲਤ ਬਣ ਗਈ ਕਿ ਇਹ ਗੱਲ ਹਰਪਾਲ ਸਿੰਘ ਕਰ ਰਿਹਾ, ਅੱਛਾ ਹੁਣ ਆਪਾਂ ਚੁੱਪ ਕਰੋ, ਫਿਰ ਆਪ ਹੀ ਕਰੀ ਜਾਊਗਾ। ਇਹ ਬਹੁਤ ਮਾੜੀ ਗੱਲ ਹੈ। ਦੇਖੋ ਅਖੰਡ ਕੀਰਤਨੀ ਜਥਾ, ਮੈਂ ਸਾਰਿਆਂ ਦਾ ਸਤਿਕਾਰ ਕਰਨਾ, ਸਾਰੀਆਂ ਜਥੇਬੰਦੀਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਚੰਗੀਆਂ ਗੱਲਾਂ ਵੀ ਨੇ, ਕੁਛ ਨਾ ਕੁਛ ਕਮੀਆਂ ਵੀ ਨੇ, ਮਨੁੱਖ ਨੇ ਆਖਰ। ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਤੇ ਮਿਸ਼ਨਰੀ ਕਾਲਜ, ਤਿੰਨਾਂ ਵਿੱਚ ਬਹੁਤ ਵਖਰੇਵੇਂ ਨੇ, ਪਰ ਇਹ ਤਿੰਨੇ ਮੂਰਤੀ ਪੂਜਾ ਦੇ ਡਟਵੇਂ ਵਿਰੋਧੀ ਨੇ। ਮਿਸ਼ਨਰੀ ਕਾਲਜਾਂ ਵਾਲੇ, ਟਕਸਾਲ ਵਾਲੇ, ਅਖੰਡ ਕੀਰਤਨੀ, ਇਹ ਗੁਰੂ ਸਾਹਿਬ ਦੀਆਂ ਮਨੋਕਲਪਨਿਕ ਤਸਵੀਰਾਂ ਦੇ ਵਿਰੋਧੀ ਹੈ। ਇਹ ਇਸ ਗੱਲ ਦੇ ਉੱਤੇ ਤਾਂ ਸਾਂਝੇ ਹੈ ਨਾ ਜੀ। ਪਰ ਮੈਂ ਪੁੱਛਣਾ ਚਾਹੁੰਦਾ ਇਹਨਾਂ ਸਨਮਾਨਯੋਗ ਸੰਸਥਾਵਾਂ ਦੇ ਆਗੂਆਂ ਨੂੰ ਕਿ ਅੱਜ ਗੁਰੂ ਸਾਹਿਬ ਦੇ ਸਿਧਾਂਤ ਦੇ ਉੱਤੇ ਹਮਲਾ ਹੋ ਰਿਹਾ ਹੈ, ਗੁਰਮੂਰਤ ਗੁਰ ਸ਼ਬਦ ਹੈ ਦੇ ਸਿਧਾਂਤ ਤੇ ਹਮਲਾ ਹੈ, ਅੱਜ ਮਿਸ਼ਨਰੀ ਕਾਲਜਾਂ ਵਾਲੇ ਮੇਰੇ ਵੀਰ ਕਿਉਂ ਚੁੱਪ ਨੇ? ਕਿਹੜੀ ਮਜਬੂਰੀ ਹੈ ਕਿ ਉਹ ਸਤਿਕਾਰਤ ਸੰਸਥਾ ਦਮਦਮੀ ਟਕਸਾਲ, ਜਿਹਦੇ ਇਤਿਹਾਸ ਦੇ ਉੱਤੇ ਦੁਨੀਆਂ ਭਰ ਵਿੱਚ ਵਸਦੇ ਹੋਏ ਸਿੱਖ ਮਾਣ ਕਰਦੇ ਆ, ਉਹ ਕਿਉਂ ਚੁੱਪ ਨੇ? ਅਖੰਡ ਕੀਰਤਨੀ ਜਥਾ, ਉਹਨਾਂ ਦੇ ਸਨਮਾਨਯੋਗ ਬੰਦੇ, ਹੁਣ ਸਿਰਫ ਇਹ ਦੇਖ ਰਹੇ ਹੋ ਕਿ ਇਹ ਵਿਰੋਧ ਹਰਜਿੰਦਰ ਸਿੰਘ ਮਾਝੀ ਕਰ ਰਿਹਾ, ਮੇਰਾ ਕੋਈ ਨਿੱਜੀ ਵਿਰੋਧ ਹੈ, ਮੇਰਾ ਕੋਈ ਨਿੱਜੀ ਮਸਲਾ ਹੈ? ਮੈਂ ਤਾਂ ਉਹ ਫਿਲਮ ਵਾਲੇ ਬੰਦਿਆਂ ਨੂੰ ਵਿਚਾਰਿਆਂ ਨੂੰ ਜਾਣਦਾ ਵੀ ਨਹੀਂ, ਵੀ ਮੈਂ ਅੱਜ ਪੱਗ ਕਾਲੀ ਬੰਨ ਕੇ ਬੈਠਾ, ਦੂਜੇ ਇਸ ਕਰਕੇ ਚੁੱਪ ਨੇ ਚਿੱਟੀਆਂ ਪੱਗਾਂ ਵਾਲੇ? ਕਿੱਡੀ ਸ਼ਰਮਸ਼ਾਰ ਵਾਲੀ ਗੱਲ ਹੈ ਇਹ ਸਾਰੀ। ਸਾਨੂੰ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣੇ ਚਾਹੀਦੇ ਆ। ਮਨਪ੍ਰੀਤ ਸਿੰਘ ਕਾਨਪੁਰੀ ਨੇ ਵਿਰੋਧ ਤਾਂ ਕੀਤੀ ਉਹਦੀ, ਜਿਹੜਾ ਉਹਨੂੰ ਸਨਮਾਨਿਤ ਕਰ ਰਹੇ ਸੀ ਇੰਦੌਰ, ਕਮਲਨਾਥ ਨੂੰ, ਤਾਂ ਹੁਣ ਮੇਰੇ ਵਰਗੇ ਬੰਦੇ ਫਿਰ ਐਂ ਚੁੱਪ ਕਰ ਜਾਓ, ਇਹ ਤਾਂ ਯਾਰ ਅਖੰਡ ਕੀਰਤਨੀਆਂ ਦਾ ਬੰਦਾ। ਮੈਂ ਡਟਵਾਂ ਉਹਦਾ ਕਿਹਾ ਵੀ ਇਹ ਬਿਲਕੁਲ ਠੀਕ ਕੀਤਾ, ਇਹਨਾਂ ਨੂੰ ਸਲਿਊਟ ਕਰਦਿਆਂ ਸੀ। ਜੇ ਕੋਈ ਟਕਸਾਲ ਦਾ ਵੀਰ ਜਦੋਂ ਕੋਈ ਚੰਗੀ ਗੱਲ ਕਰੇ ਸਾਨੂੰ ਡਟਵਾਂ ਉਹਦਾ ਸਾਥ ਦੇਣਾ ਚਾਹੀਦਾ, ਭਾਵੇਂ ਉਹ ਮਿਸ਼ਨਰੀ ਹੋਵੇ, ਟਕਸਾਲੀ ਹੋਵੇ, ਕੋਈ ਨਾਨਕਸਰ ਦਾ ਹੋਵੇ। ਮੈਨੂੰ ਲੱਗਦਾ ਇਸ ਮਸਲੇ ਦੇ ਉੱਤੇ ਵੀ ਇਹਨਾਂ ਨੂੰ ਸਟੈਂਡ ਰੱਖਣਾ ਚਾਹੀਦਾ, ਕੋਈ ਇੱਕ ਇੰਨਾ ਕੁ ਤਾਂ ਸਾਨੂੰ ਚਾਹੀਦਾ। ਪਰ ਅਸੀਂ ਇਹ ਵੇਖੀ ਜਾਂਦੇ ਜੀ ਆਹ ਤਾਂ ਗੱਲ, ਅੱਛਾ ਇਹ ਮਸਲਾ ਮਸ਼ੀਨਰੀਆਂ ਨੇ ਚੱਕ ਲਿਆ, ਇਹ ਹੁਣ ਸਿੱਖ ਜਥਾ ਮਾਲਵਾ ਵਾਲਿਆਂ ਨੇ ਮਸਲਾ ਚੱਕ ਲਿਆ, ਅਸੀਂ ਚੁੱਪ ਕਰ ਜਾਈਏ? ਇਹ ਕਿੱਡੀ ਇਹ, ਮੈਂ ਕਹਿੰਦਾ ਸਾਡੇ ਅੰਦਰ ਘਟੀਆਪਣ ਆ ਗਿਆ। ਮੈਂ ਹੱਥ ਬੰਨ ਕੇ ਸਾਰੀ ਕੌਮ ਨੂੰ ਬੇਨਤੀ ਕਰਦਾ
कि तुसीं इह आपो अपनी जिहड़ी ग्रुपबाजी इस लैवल ते आपां लै आए आ कि गोल दस्तार वाला कोई वीर मिले एक दूजे वल अखां कढ़ी जांदे आ। मैनूं बहुत वीर मिले इत्थे कनेडा दे विच तां उह जदों बैठ के गल्लां होईआं कहिंदे अच्छा यार सानूं तां लगदा सी बंदे तुसीं इहो जिहे हो। ਉਹ ਮੈਂ ਕਿਹਾ ਭਲਿਓ ਕੌਮਨ ਮਿਨੀਮਮ ਪ੍ਰੋਗਰਾਮ ਤਾਂ ਪੋਲੀਟੀਕਲ ਪਾਰਟੀਆਂ ਵੀ ਬਣਾ ਲੈਂਦੀਆਂ ਨੇ। ਆਪਾਂ ਗੁਰੂ ਦੇ ਸਿੱਖ ਹਾਂ, ਠੀਕ ਹੈ ਕਈ ਗੱਲਾਂ ਤੇ ਵਖਰੇਵੇਂ ਹੈਗੇ ਨੇ, ਪਰ ਇਹਨਾਂ ਵਖਰੇਵਿਆਂ ਨੂੰ ਇਸ ਲੈਵਲ ਤੇ ਲੈ ਜਾਣਾ, ਕੋਈ ਸਿੱਖੀ ਤੇ ਸਿੱਧੇ ਹਮਲੇ ਕਰੀ ਜਾਵੇ ਤੇ ਕੋਈ ਚੱਜਦੀ ਬੰਦਾ, ਮੈਂ ਬੇਨਤੀ ਕਰਦਾ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਤੇ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ, ਇਸ ਮਸਲੇ ਤੇ ਤੁਹਾਨੂੰ ਇਕੱਠੇ ਨਹੀਂ ਹੋਣਾ ਚਾਹੀਦਾ। ਦੋਨਾਂ ਦੀ ਕਿਸੇ ਦੀ ਸਟੇਟਮੈਂਟ ਨਹੀਂ ਆਈ। ਧੁੰਮਾ ਜੀ ਵੀ ਚੁੱਪ ਬੈਠੇ ਹੈ, ਢੱਡਰੀ ਵਾਲਾ ਜੀ ਚੁੱਪ ਬੈਠੇ ਹੈ। ਉਹ ਕਹਿੰਦੇ ਅਸੀਂ ਅਪਗ੍ਰੇਡ ਹਾਂ, ਉਹ ਕਹਿੰਦੇ ਅਸੀਂ ਗੁਰੂ ਦੇ ਖਾਸ ਬੰਦੇ ਹਾਂ, ਤੇ ਫਿਰ ਇੱਕ ਚੁੱਪ ਇੱਥੇ ਬੋਲੂਗਾ ਕੌਣ ਜੀ? ਹੁਣ ਤੁਸੀਂ ਦੱਸੋ ਕੀ ਬਾਬਾ ਹਰਨਾਮ ਸਿੰਘ ਧੁੰਮਾ ਜਾਂ ਭਾਈ ਰਾਮ ਸਿੰਘ ਸੰਘਰਾਵਾਂ ਵਾਲੇ ਜਾਂ ਭਾਈ ਅਮਰੀਕ ਸਿੰਘ ਅਜਨਾਲਾ, ਮੈਂ ਨਾਮ ਲੈ ਕੇ ਗੱਲ ਕਰਦਾ, ਕੀ ਉਹਨਾਂ ਦੀ ਸਹਿਮਤੀ ਹੈ ਇਸ ਫਿਲਮ ਦੇ ਨਾਲ? ਭਾਈ ਰਣਜੀਤ ਸਿੰਘ ਢੱਡਰੀ ਵਾਲਾ ਜੀ, ਤੁਹਾਡੀ ਸਹਿਮਤੀ ਹੈ ਇਸ ਫਿਲਮ ਦੇ ਨਾਲ? ਜਾਂ ਹੋਰ ਖੰਡ ਕੀਰਤਨ ਵਾਲੇ ਜਾਂ ਜਿੰਨੇ ਵੀ ਹੈਗੇ ਨੇ, ਤੁਹਾਡੀ ਸਹਿਮਤੀ ਹੈ ਇਸ ਫਿਲਮ ਦੇ ਨਾਲ? ਅੱਜ ਯਾਰ ਹਮਲਾ ਹੋ ਰਿਹਾ, ਬਾਅਦ ਚ ਫਿਰ ਆਪਾਂ ਸਾਰੇ ਜਾਣੇ ਚੀਕਾਂ ਮਾਰਦੇ ਹਾਂ, ਆਹ ਹੋ ਗਿਆ, ਉਹ ਹੋ ਗਿਆ, ਆ ਮਿਸ਼ਨਰੀ ਕਾਲਜਾਂ ਵਾਲੇ ਜਿੰਨੇ ਵੀ ਕਾਲਜਾਂ ਵਾਲੇ ਹੈਗੇ ਨੇ, ਲੁਧਿਆਣੇ ਵਾਲੇ ਨੇ, ਚੌਂਤੇ ਵਾਲੇ ਨੇ, ਹੁਣ ਜਦੋਂ ਤੁਸੀਂ ਸੱਚ ਬੋਲਣਾ ਸਾਰੇ ਤੜਫਦੇ ਆ, ਹੁਣ ਤੂੰ ਕੱਲੇ ਹੀ ਉੱਠਣਾ। ਪਰ ਜਿਹੜੇ ਪਹਿਲੇ ਚਾਰ ਮੂਵੀ ਆ, ਪਹਿਲੀਆਂ ਚਾਰ ਪੰਜ ਫਿਲਮਾਂ ਆਈਆਂ, ਬਕਾਇਦਾ ਤੁਸੀਂ ਆਪਣਾ ਵਿਰੋਧ ਦਰਜ ਕਰਦੇ ਸੀ ਉਸ ਵੇਲੇ? ਬਿਲਕੁਲ ਜੀ, ਦਾਸਤਾਨ ਨੇ ਮੇਰੀ ਪੀਰੀ ਆਈ, ਅਸੀਂ ਹਰ ਗੱਲ ਦਾ ਵਿਰੋਧ ਕਰਦੇ ਰਹੇ ਹਾਂ, ਇਹ ਇਹ ਬਿਲਕੁਲ ਗਲਤ ਹੈ। ਜੇਕਰ ਇਹ ਹੋਇਆ ਹੋਵੇ ਵੀ ਕੱਲ ਨੂੰ ਤੁਹਾਡੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਅਜਿਹੀ ਵੀਡੀਓ ਆ ਜਾਵੇ ਜਿਹਦੇ ਵਿੱਚ ਜਿਵੇਂ ਚਾਰ ਸਾਹਿਬਜ਼ਾਦੇ ਮੂਵੀ ਆਈ ਸੀ ਜਾਂ ਨਾਨਕ ਸ਼ਾਹ ਫਕੀਰ ਨੂੰ ਤੁਸੀਂ ਪ੍ਰਮੋਟ ਕਰਦੇ ਜਾਂ ਫਿਲਮ ਦੇਖਦੇ ਹੋਏ ਨਜ਼ਰ ਆਉਂਦੇ ਹੋਵੋ, ਦੇਖੋ ਫਿਲਮ ਦੇਖਣੀ ਹੋਰ ਗੱਲ ਹੈ, ਫਿਲਮ ਤਾਂ ਦੇਖਣੀ ਪਊਗੀ। ਜੇ ਇਹ ਫਿਲਮ ਆਊਗੀ ਇਹਨੂੰ ਵੀ ਪ੍ਰੋਪਰ ਦੇਖਾਂਗੇ, ਇਹਦੇ ਚ ਕਿਹੜੀਆਂ ਕਮੀਆਂ ਨੇ, ਕੀ ਇਹ ਕਰ ਰਹੇ ਨੇ, ਕਿੱਥੇ ਕਿੱਥੇ ਗਲਤ ਨੇ। ਪਰ ਤੁਸੀਂ ਪ੍ਰਮੋਸ਼ਨ ਤਾਂ ਨਹੀਂ ਕੀਤੀ ਕਿਸੇ ਜਗ੍ਹਾ? ਉਹਦੇ ਹੱਕ ਚ ਮੈਨੂੰ ਨਹੀਂ ਲੱਗਦਾ ਵੀ ਮੈਂ ਕਦੇ ਬੋਲਿਆ। ਚਲੋ ਜੇ ਮੰਨ ਲਓ ਮੈਂ ਬੋਲਿਆ ਹੋਵਾਂ, ਇਹ ਵੀ ਮੰਨ ਲਓ, ਤਾਂ ਇਹਦਾ ਮਤਲਬ ਮੈਂ ਕੋਈ ਸਿਧਾਂਤ ਤੋਂ ਉੱਪਰ ਤਾਂ ਨਹੀਂ ਹੈਗਾ ਬੰਦਾ ਨਾ, ਮੈਂ ਵੀ ਮਨੁੱਖ ਹਾਂ। ਤਾਂ ਫਿਰ ਜਿੱਥੇ ਗਲਤ ਆ, ਮੈਂ ਗਲਤ ਆ, ਮੈਂ ਵਾਪਸ ਲਊਂ ਉਹ ਸ਼ਬਦ, ਕਿਤੇ ਭਾਵੁਕ ਹੋ ਕੇ ਮੈਂ ਕਹਿਤਾ ਹੋਵੇ ਕਿਤੇ ਗਲਤ, ਮੈਂ ਗਲਤ ਵੀ ਹੋ ਸਕਦਾ ਜੀ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਪਰ ਮੈਨੂੰ ਜਿੱਥੋਂ ਤੱਕ ਮੇਰੇ ਧਿਆਨ 'ਚ ਹੈ ਵੀ ਮੈਂ ਕਦੇ ਇਹਨਾਂ ਫਿਲਮਾਂ ਦੀ ਸਪੋਰਟ ਨਹੀਂ ਕੀਤੀ। ਤੁਹਾਡਾ ਬਹੁਤ ਧੰਨਵਾਦ ਜੀ, ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਕਰਨ ਲਈ, ਆਪਣੇ ਬਿਜ਼ੀ ਸਕੇਜੂਲ ਵਿੱਚੋਂ ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।